ਸਤਿ ਸ਼੍ਰੀ ਅਕਾਲ, ਵੈਲਕਮ। ਕੀ ਹਾਲ ਚਾਲ? ਠੀਕ ਠਾਕ ਹੋ ਮੇਰੇ ਭੈਣ ਭਰਾ? ਅਤੇ ਅੱਜ ਅਸੀਂ ਆਏ ਹੋਏ ਬਟਾਲੇ ਦੀਪ ਬਾਈ ਹੋਣਾ ਵੱਲ। ਅਤੇ ਮਤਲਬ ਮੈਂ ਪ੍ਰੀਤ ਨੂੰ ਸਵੇਰ ਦੇ ਹੀ ਅੱਜ ਵਿਸ਼ ਨਹੀਂ ਕੀਤੀ, ਅੱਜ ਬਰਥਡੇ ਗਾ ਸੀ ਵਿਸ਼, ਅਤੇ ਮੈਂ ਉਹਨੂੰ ਕੋਈ ਵਿਸ਼ ਨਹੀਂ ਕੀਤੀ ਹੈਗੀ। ਅਤੇ ਮੈਂ ਉਹਦੇ ਨਾਲ ਮਤਲਬ ਮੇਰੇ ਨਾਲ ਥੋੜ੍ਹਾ ਨਾਰਾਜ਼ ਜਿਹਾ ਹੋਈ ਆ। ਅਤੇ ਫਿਰ ਮੈਂ ਕਿਹਾ ਚਲੋ ਕੋਈ ਨਹੀਂ, ਚੁੱਪ ਕਰਕੇ। ਅਤੇ ਮੈਂ ਅੱਜ ਦੀਪ ਬਾਈ ਨੇ ਸਲਾਹ ਕੀਤੀ ਵੀ ਹੁਣ ਚੁੱਪ ਕਰਕੇ ਜਾ ਕੇ ਨਾ ਕੇਕ ਲੈ ਆਉਂਦੇ ਹਾਂ, ਅਤੇ ਇਹਨੂੰ ਬਿਨਾਂ ਦੱਸਿਓ ਅਤੇ ਫਿਰ ਆ ਕੇ ਕਰ ਕੇ ਆਪਾਂ ਕੱਟਦੇ ਹਾਂ ਕੇਕ। ਚੱਲੀਏ ਭਾਜੀ ਫਿਰ, ਚਲੋ ਚੱਲੀਏ। ਤੇ ਡੈਡੀ ਹੁਣ ਕਹਿੰਦੇ ਰੰਬਾ ਤਿੱਖਾ ਕਰੋ ਉਹਨਾਂ 'ਚ, ਹਾਂਜੀ ਰੰਬਾ ਤਿੱਖਾ ਕਰੋ ਕੇਕ ਵੱਢਣ। ਅੱਛਾ ਅੱਛਾ, ਚਲੋ ਫਿਰ ਚੱਲਦੇ ਹਾਂ। ਫਰੈਡੀ ਜਿਹੜੀ ਹੈ ਡੈਕੋਰੇਸ਼ਨ ਹੈਗੀ ਆ ਇਹ ਕੀਤੀ ਹੋਈ ਦੀਪ ਬਾਈ ਹੋਣਾ ਨੇ, ਅਤੇ ਇੱਥੇ ਹਰਗੁਣ ਦਾ ਆਪਾਂ ਬਰਥਡੇ ਕੀਤਾ ਸੀਗਾ ਇਹਨਾਂ ਨੇ, ਅਤੇ ਆਪਾਂ ਇੱਥੇ ਹੀ ਹੁਣ ਕੇਕ ਕੱਟ ਲਵਾਂਗੇ ਅਤੇ ਚੱਲਦੇ ਹਾਂ ਸੋ ਲੈਣ ਵਾਸਤੇ ਕੇਕ। ਚਲੋ ਤੁਸੀਂ ਸਾਨੂੰ ਵਧਾਈਆਂ, ਆਹੋ ਸੱਚ ਬਹੁਤ ਬਹੁਤ ਵਧਾਈਆਂ, ਡਬਲ ਡਬਲ ਵਧਾਈਆਂ ਬਣੀਆਂ। ਨਾਲੇ ਇੱਕ ਤੁਹਾਡੇ ਕੋਲ ਪਾਰਟੀ ਹੀ ਲੈਣੀ ਯਾਰ ਸੱਚ, ਹੈਂ ਲੈ ਆਹ ਦੋ ਦੋ ਪਾਰਟੀਆਂ, ਇੱਕ ਹਰਗੁਣ ਦੇ ਬੜੇ ਦੀ ਅਤੇ ਇੱਕ ਬੈੱਡ ਦੀ ਵੀ ਹੋ ਗਈ, ਦੋ ਦੋ ਪਾਰਟੀਆਂ ਹੋ ਗਈਆਂ। ਅਤੇ ਆਹੋ ਇਹਦੇ ਵਾਲੀ ਉਹ ਠੀਕ ਆ, ਠੀਕ ਆ, ਇੱਧਰ ਲਾਤੀ ਆ। ਹਾਂ ਵਧੀਆ ਵਧੀਆ ਐਡਜਸਟਮੈਂਟ ਹੋ ਗਈ ਯਾਰ, ਫਸਟ ਕਲਾਸ ਹੋ ਗਿਆ। ਹਾਂ ਹਾਂ ਬਹੁਤ ਵਧੀਆ ਹੋ ਗਿਆ। ਓਕੇ ਹੋ ਗਿਆ ਭਾਜੀ, ਤੇ ਚੱਲੀਏ ਫਿਰ ਆਪਾਂ। ਟਾਈਮ ਹੋ ਗਿਆ ਵਾ, ਕਿੰਨਾ ਹੋ ਗਿਆ ਜੀ? ਘੜੀ ਜੀ ਦਿਖਾ ਦੋ, 9 ਵੱਜ ਗਿਆ। ਤੇ ਸੌ ਮਿਲਦਾ ਹੌਲੀ ਹੌਲੀ ਬੋਲੀ, ਇੱਧਰ ਹੀ ਬੈਠੀ ਭਰਾ, ਪੈਦਲ ਪੈਦਲ ਹੀ ਚੱਲ ਜਾਂਦੇ ਹਾਂ। ਅਤੇ ਦੀਪ ਬਾਈ ਕਹਿੰਦਾ ਵੀ ਲਾਗੇ ਛਾਗੇ ਹੈਗੀ ਬੇਕਰੀ, ਤਾਂ ਇੱਥੋਂ ਆਪਾਂ ਮਤਲਬ ਵੇਖਦੇ ਹਾਂ ਹੁਣ ਜਾ ਕੇ ਵੀ ਕਿਹੜਾ ਕੇਕ ਪਸੰਦ ਆਉਂਦਾ ਸਾਨੂੰ। ਅਤੇ ਸੋ ਬਾਬੇ ਕਿਰਪਾ ਬਸ ਖੋਲ੍ਹੀ ਹੋਵੇ ਬਸ ਯਾਰ, ਇਹ ਨਾ ਹੋਵੇ ਕਿਤੇ ਫੇਰਾ ਪੈ ਜੇ। ਹੈ ਅੱਛਾ ਅੱਛਾ, ਠੀਕ ਆ ਠੀਕ ਆ, ਵਾਗ ਵੀ ਆ ਨਾ, ਵਾ ਫੇਰ ਕੋਈ ਗੱਲ ਨਹੀਂ। ਹਾਂ ਸਾਹਮਣੇ ਬੇਕਰੀ ਆ, ਇੱਥੋਂ ਵੇਖਦੇ ਹਾਂ ਕੇਕ। ਆਲਰੇਡੀ ਬਣਿਆ ਪਿਆ ਸੀ ਕੇਕ, ਪਰ ਇਹ ਸਾਨੂੰ ਪਸੰਦ ਨਹੀਂ ਆਇਆ ਵੀ ਮਤਲਬ ਕਰਦੇ ਖਾਂਦੇ ਆ ਪਾਈਨਐਪਲ ਜਿਹੜਾ ਕੇਕ, ਤੇ ਇਸ ਕਰਕੇ ਫਿਰ ਆਪਾਂ ਜਿਹੜਾ ਹੈਗਾ ਆ ਫਰੈਸ਼ ਬਣਵਾਉਣ ਲੱਗੇ ਹਾਂ ਭਾਜੀ ਹੋਣਾ ਤੋਂ। ਲਓ ਜੀ ਕੇਕ ਬਣ ਕੇ ਆ ਗਿਆ ਸਾਡਾ, ਅਤੇ ਵਧੀਆ ਵਾ। ਕਿੱਥੇ ਆ ਯਾਰ ਲੋਕ ਵੇਖ, ਠੀਕ ਆ ਨਾ ਲੋਕ? ਬਹੁਤ ਵਧੀਆ, ਬਿਲਕੁਲ ਬਿਲਕੁਲ। ਅਤੇ ਕਹਿੰਦੇ ਵੀ ਇਹ ਛੋਟਾ ਹੀ ਲੈ ਲੈਂਦੇ ਆਪਾਂ, ਮਤਲਬ ਕਿ ਕੱਲ੍ਹ ਵੀ ਹਰਗੁਣ ਦਾ ਮਤਲਬ ਬਰਥਡੇ ਸੀਗਾ ਉਹਨਾਂ ਨੇ, ਕੇਕ ਵਗੈਰਾ ਕੱਲ੍ਹ ਦਾ ਵੀ ਕਾਫੀ ਪਿਆ ਵਾ, ਅਤੇ ਤਾਂ ਕਰਕੇ ਭਾਈ ਉਹਨਾਂ ਕੋਲ ਨਾਲ ਲਿਖਾ ਲੈਂਦੇ ਹਾਂ। ਪ੍ਰੀਤੀ ਚਲੋ ਠੀਕ ਆ, ਓਕੇ ਭਾਈ ਕਰੋ। ਨਾ ਇੱਕ ਫੈਂਟਾ ਵੀ ਲੈ ਲੈਣੇ ਅਤੇ ਬੱਚੇ ਪੀ ਲੈਣਗੇ, ਚਲੋ ਇੰਜੋਇਮੈਂਟ ਹੋ ਜਾਏਗਾ। ਅਤੇ ਕੇਕ ਆ ਗਿਆ ਸਾਡਾ,
ਨੋਰਮਲ ਹੀ ਲਿਓ ਹਾਂ, ਜਦ ਠੰਡੀ ਨਾ ਹੋਵੇ। ਲਓ ਜੀ ਕੇਕ ਵਗੈਰਾ ਲੈ ਲਿਆ, ਚੱਲਦੇ ਹਾਂ ਘਰ। ਬਾਜ਼ਾਰ ਬੰਦ ਹੋ ਗਿਆ ਤਕਰੀਬਨ, ਠੰਡ ਦਾ ਮਾਹੌਲ ਆ ਅਤੇ ਸਾਢੇ ਕੁ 9 ਹੋ ਗਏ ਨੇ, 9:30 ਤੱਕ ਬਾਜ਼ਾਰ ਜਿਹੜਾ ਹੈਗਾ ਬੰਦ ਹੋ ਜਾਂਦਾ ਅੱਜ ਕੱਲ੍ਹ ਠੰਡ ਦਾ ਮਾਹੌਲ ਦੇ ਵਿੱਚ। ਲਓ ਜੀ ਪਹੁੰਚ ਗਏ ਘਰ, ਅਤੇ ਮੈਂ ਕਿਹਾ ਜਿਹੜਾ ਕੇਕ ਹੈ ਇੱਥੇ ਲੁਕੋ ਦਈਏ ਸੈਡ ਜੀ 'ਤੇ, ਅਤੇ ਸੰਦੀਪ ਨੂੰ ਮੈਂ ਕਿਹਾ ਮੈਂ ਕਿਹਾ ਜੀ ਨਾ ਦੱਸੀ, ਅਤੇ ਹਾਂਜੀ ਸੈਡ 'ਤੇ ਲੁਕਾਉਂਦੇ ਬੋਤਲ ਜੀ। ਚਲੋ ਕੋਈ ਨੀ, ਹੋ ਜਾ ਫਰੀ, ਹੋ ਜਾ ਪਹਿਲਾਂ ਸੰਦੀਪ, ਫਿਰ ਕੋਈ ਨੀ। ਫਿਰ ਮੈਂ ਕਿਹਾ ਸਜਾ ਦਈਏ, ਉੱਧਰ ਬੈਠੀ ਹੈ ਪ੍ਰੀਤ ਅਤੇ ਮਾਸੜ ਜੀ ਹੁਣੀ ਨਾਲ ਲੱਗੇ ਆ, ਅਤੇ ਇੱਥੇ ਸਜਾ ਦਿੰਦੇ ਹਾਂ, ਇੱਥੇ ਰੱਖ ਲੈਂਦੇ ਪਹਿਲਾਂ। ਸੰਦੀਪ ਤੂੰ ਹੌਲੀ ਲੈ ਆਈ ਉਹਨੂੰ, ਅਤੇ ਮੈਂ ਫਿਰ ਉਹ ਇੱਧਰ ਬੈਠੇ ਚੁੱਪ ਕਰਕੇ ਲੈ ਕੇ ਪਹਿਲਾਂ ਕੇਕ ਇੱਥੇ ਲੈ ਕੇ ਰੱਖ ਦਈਏ, ਠੀਕ ਆ। ਮਾਸੜ ਜੀ ਰੱਖ ਦਈਏ ਚੁੱਪ ਕਰਕੇ। ਕੋਈ ਨਹੀਂ ਕੋਈ ਨਹੀਂ, ਗਿਫਟ ਹੀ ਗਿਫਟ ਆ ਤੁਸੀਂ, ਆਪਾਂ ਕੇਕ ਹੀ ਕੱਟਣਾ ਵਾ, ਕੋਈ ਗੱਲ ਨਹੀਂ। ਜਾ ਜਾ ਸੁਨੀਪ ਰੱਖ ਫਿਰ ਉੱਥੇ, ਕੱਟੀਏ ਕੇਕ, ਉਹਨੇ ਆਉਣਾ ਜਾਵੇ ਐਨੂੰ ਫਟਾਫਟ ਰੱਖ ਦੇ ਪਹਿਲਾਂ, ਹੈਂ ਪ੍ਰੀਤ ਆਉਣਾ ਜਾਵੇ। ਇੱਥੇ ਰੱਖ ਦਿੰਦੇ ਹਾਂ ਟੇਬਲ 'ਤੇ ਕੇਕ, ਸਜਾ ਦਿੰਦੇ ਹਾਂ ਅਤੇ ਫਿਰ ਕਰਦੇ ਹਾਂ ਹੈਪੀ ਬਰਥਡੇ। ਮਸੜ ਜੀ ਨਹੀਂ ਨਹੀਂ ਬੈਠੀ ਹੈ ਜੀ, ਫਟਾਫਟ ਖੋਲ ਦਿਓ, ਹਜੇ ਖੋਲ ਦਿਓ, ਖੋਲ ਦਿਓ। ਉਹਨੇ ਗੁਰਬਾਜ ਨਾ ਖਾਪਾ ਲਏ, ਉੱਧਰ ਜਾ ਕੇ ਗੁਰਬਾਜ ਬਣਾ ਲਾਲੇ, ਇੱਧਰ ਆਇਆ ਇੱਧਰ ਆਇਆ ਇੱਧਰ ਆਇਆ, ਆ ਜਾ ਗੁਰਬਾਜ ਇੱਧਰ ਆਇਆ, ਚੁੱਪ ਕਰਕੇ ਇੱਥੇ ਖਲੋ ਜਾ, ਖਲੋ ਜਾ ਖਲੋ ਜਾ। ਚਲ ਆ ਕੱਢ ਦੇ, ਨਹੀਂ ਨਹੀਂ ਖਾਪਾਉਂਦਾ ਗੁਰਬਾਜ, ਇੱਥੇ ਬਹਿ ਜਾ ਪੁੱਤ ਤੂੰ, ਇੱਥੇ ਬਹਿ ਜਾ, ਚੀਜ਼ੀ ਫੋਨ ਨੇ ਤੈਨੂੰ ਵੀ। ਫੁੱਲ ਝੜੀ ਜੀ ਲੈਣ ਦੀ ਆਪਾਂ ਚਲਾਉਣ ਵਾਸਤੇ, ਲੱਭ ਗਈ ਮਾਸੜ ਹੁਣ, ਲਓ ਜੀ ਪਾਣੀ ਕੇਸ ਤੇ ਸੱਜ ਗਿਆ ਸਾਰਾ ਸਮਾਨ ਸੱਜ ਗਿਆ, ਤੇ ਹੁਣ ਬੁਲਾ ਕੇ ਲਿਆਉਂਦੇ ਪ੍ਰੀਤ ਨੂੰ ਜਾਂ ਸੰਦੀਪ, ਜਾਂ ਬਹਾਨੇ ਨਾਲ ਲੈ ਗਿਆ, ਜਾਂ ਬੁਲਾ ਕੇ ਬਹਾਨੇ ਨਾਲ ਲੈ ਆ। ਮਾਸੀ ਗਈ, ਮਾਸੀ ਕਹਿੰਦੀ ਮਾਰੇ ਲਾਉਣੀ ਉਹਨੂੰ, ਤੁਸੀਂ ਦੇਰ ਸਜਾ ਲਓ ਦਵਾ ਦਵਾ। ਹਾਂ ਨਹੀਂ 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 ਉੱਧਰ ਗਿਆ ਉਹ ਵੀ, ਹਜੇ ਨਹੀਂ ਦੱਸਦਾ, ਇੱਥੇ ਇੱਥੇ ਹੀ ਆ, ਨਹੀਂ ਨਹੀਂ ਹਜੇ ਬਾਅਦ ਜਗਾ ਦਿੰਦੇ ਕਹਿੰਦੇ, ਕੋਈ ਗੱਲ ਨੀ। ਚੱਲ ਜਾ ਜਾ ਹੌਲੀ ਜਿਹੀ ਲੈ ਆ ਬਹਾਨੇ ਨਾਲ ਇੱਧਰ ਲੈ ਆ, ਹੁਣ ਕਿਹਾ ਉਹ ਚੱਲੀ ਪੱਬੀ, ਹਾਂ ਬਾਅਦ 'ਚ ਲੈ ਆਉਣ, ਪਹਿਲਾਂ ਉਹਨੂੰ ਤਾਂ ਲੈ ਆਓ ਗੁਰਬਾਜ ਨਾ ਪੁੱਤ ਨਾ, ਨਹੀਂ ਨਹੀਂ ਛੇੜੀ ਦਾ ਨਹੀਂ ਪੁੱਤ, ਕੁਛ ਨਹੀਂ ਗਾ ਕੁਛ ਨਹੀਂ ਗਾ, ਚੀਜ਼ੀਆਂ ਆ ਗਈ ਆ ਗਈ ਤੋੜੀ ਮੈਂ।
ਕਰੋ ਵਧੀਆ ਹੋ ਗਿਆ ਸਾਰਾ ਕੁਛ ਵਧੀਆ ਹੋਇਆ ਫਸਟ ਕਲਾਸ ਕੀ ਆ ਕੀ ਆ ਚਲੋ ਇੱਥੇ ਆ ਵੀ ਇੱਦਾਂ ਖਲੋ ਕੇ ਕੱਟ ਲਓ ਜ਼ਿਆਦਾ ਵਧੀਆ ਹੋ ਜਾਊਗਾ ਖਲੋ ਕੇ ਜਿੱਦਾਂ ਅਸੀਂ ਕੱਟਦੇ ਨੇ ਹੈਨਾ ਹੁਣ ਖੋਚਿਆ ਨਾ ਚੱਲ ਠੀਕ ਆ ਫਿਰ ਖੋਚਿਆ ਤੇ ਲਓ ਜੀ ਹੁਣ ਕੱਟਦੇ ਆ ਕੇਕ ਸਭ ਤੋਂ ਪਹਿਲਾਂ ਕੈਂਡਲ ਜਗਾ ਦਈਏ ਪਹਿਲਾਂ ਗੁਰਬਾਜ ਆ ਇਹਨੂੰ ਆ ਜਾ ਪੁੱਤ ਨਾ ਆਹ ਸੰਦੀਪ ਰਹਿ ਗਈ ਇੱਕ ਸੰਦੀਪ ਇੱਕ ਰਹਿ ਗਈ ਇੱਥੋਂ ਹੀ ਜਗਾ ਦੇ ਮਗਰ ਹੀ ਨਾ ਸੰਦੀਪ ਨੂੰ ਪਤਾ ਨਹੀਂ ਲੱਗਾ ਹਾਂ ਬਿਲਕੁਲ ਬਿਲਕੁਲ ਹਾਂਜੀ ਠੀਕ ਆ ਉਹ ਬਾਅਦ ਵਿੱਚ ਚਲਾ ਤੁਸੀਂ ਫੜ ਲਓ ਕੋਈ ਨੀ ਤੁਸੀਂ ਕਰੋ ਨਾ ਬਣਾਉਣ ਲਈ ਕੋਈ ਨੀ ਕੱਟੋ ਨਹੀਂ ਉਹ ਨਹੀਂ ਕੋਈ ਗੱਲ ਅੱਗੇ ਜਾ ਕੇ ਚਲਾਓ ਨਾ ਤੁਸੀਂ ਚਲੋ ਕੱਟੋ ਕੇਕ ਫੂਕ ਮਾਰੋ ਚਲੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਚਲੋ
ਥੱਲੇ ਤਾਰ ਦੋ ਜਾਂ ਥੱਲੇ ਤਾਰ ਦੋ ਚਲੋ 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 ਵਾਰੀ ਆ ਗਈ ਹੁਣ ਸਾਰਿਆਂ ਦੀ। ਚਲੋ ਸੰਦੀਪ ਤੁਹਾਡੀ ਵਾਰੀ ਆ ਗਈ ਆ, ਹੁਣ ਕਰਾਓ ਮੂੰਹ ਮਿੱਠਾ। ਕਰਾ ਦੋ ਮੂੰਹ ਮਿਠਾਈ। ਚਲੋ ਵਧੀਆ ਹੋ ਗਿਆ ਸਾਰਾ। ਅਸੀਂ ਤੇ ਉਹਨੂੰ ਨੀ ਦੱਸਿਆ, ਪ੍ਰੀਤ ਨੂੰ ਨੀ ਦੱਸਿਆ, ਕਿਸੇ ਨੂੰ ਨੀ ਦੱਸਿਆ। ਹਰਗੁਣ ਨੇ ਕੇਕ ਖਾਣਾ, ਹਰਗੁਣ ਨੇ ਵੀ ਕੇਕ ਖਾਣਾ ਸਾਡੀ ਨੇ। ਬਸ 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 ਸੜਗੀ, ਬਸ ਜ਼ਿਆਦਾ ਨੀ ਖਾਣੀ ਬਈ, ਗਰਮੀ ਲੱਗਦੀ ਆ। ਚਲੋ ਬਸ ਮਾਂ ਸੜਗੀ ਬਸ। ਮੂਫਲਾ ਇਹਦੇ, ਇਹ ਮੂਫਲੀ ਨੀ ਮੂਫਲਾ। ਕੱਟ ਲਿਆ ਵਾ, ਹੁਣ ਖਾ ਲਈਏ ਰੋਟੀ, ਅਤੇ ਰੋਟੀ ਪਾਣੀ ਤਿਆਰ ਆ। ਉਹ ਤਾਂ ਡੈਡੀ ਹੋਣਾ ਹੁੰਦੀ ਆ।
ਚਲੀ ਪਨੀਰ ਬਣਾਇਆ ਅੱਜ ਹੈ ਦੀਪ ਤੂੰ ਪਹਿਲੀ ਵਾਰੀ ਭਾਜੀ ਟਰਾਈ ਕੀਤਾ ਯਾਰ ਪਤਾ ਨਹੀਂ ਹੁਣ ਬਾਕੀ ਕਿੱਦਾਂ ਬਣਿਆ ਯਾਰ ਜੇ ਟਰਾਈ ਕੀਤਾ ਪਹਿਲੀ ਵਾਰੀ ਨਹੀਂ ਨਹੀਂ ਠੀਕ ਆ ਸਹੀ ਆ ਸਹੀ ਆ ਵਧੀਆ ਅੱਛਾ ਅੱਛਾ ਇਹ ਤਾਂ ਥੋੜੀ ਥੋੜੀ ਅੱਜ ਭਾਵੇਂ ਇਹਨਾਂ ਦਾ ਦਿਲ ਕਰਦਾ ਹੋਵੇ ਤੁਸੀਂ ਪਹਿਲਾਂ ਤਪਕਾਈ ਜਾਂਦੇ ਬਾਅਦ ਚ ਫੇਰ ਲੈ ਲੈਣਗੇ ਮੈਨੂੰ ਪਤਾ ਨਾ ਥੋੜੀ ਥੋੜੀ ਖਾਂਦੇ ਦੇਖਿਓ ਬਹੁਤ ਨਾ ਖਵਾਉਣ ਦੇ ਮਾਰੇ ਕਹਿਣ ਦੀ ਉਧਰ ਵੇ ਇਹ ਥੋੜੀ ਥੋੜੀ ਕਿੰਨੇ ਇੱਕ 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 ਫੁਲਕਾ ਬੜਾ ਨਹੀਂ ਇਹ ਠੁੱਸੂ ਆਇਆ ਜੀ ਬਿਲਕੁਲ 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 ਥੋੜੀ ਹਾਂ ਆ ਗਿਆ ਜੀ ਸਾਡਾ ਪਨੀਰ ਤੇ ਇਧਰ ਆ ਗਈ ਕੜੀ ਸਾਗ ਚਾਹੀਦਾ ਭਾਜੀ ਦੱਸੋ ਥੋੜਾ ਪਾ ਦਈਏ ਸਾਗ ਜਿਹੜਾ ਉਹ ਚੇਸਟ ਤੇ ਹਰ ਕਰ ਲੈਨੇ ਆ ਸਾਰੀਆਂ ਚੀਜ਼ਾਂ ਥੋੜੀ ਥੋੜੀਆਂ ਟਰਾਈ ਕੀਤਾ ਦੀਪ ਹੁਣ ਫਸਟ ਟਾਈਮ ਚਲੋ ਵੇਖਦੇ ਆ ਆਪਾਂ ਤੇ ਰੋਟੀ ਖਾ ਲਈ ਆ ਇੱਧਰ ਵੀ ਵੱਜਣ ਡੀਆਂ ਗੱਪਾਂ ਲਓ ਜੀ ਇੱਧਰ ਆ ਗਿਆ ਕੇਕ ਹੁਣ ਕੇਕ ਵੀ ਖਾਂਦੇ ਹਾਂ ਗੁਰਬਾਜ ਖਾਣਾ ਕੇਕ ਖਾਣਾ ਖਾਣਾ ਕਿ ਨਹੀਂ ਚਲੋ ਫਿਰ ਆ ਜਾਓ ਕੱਲ੍ਹ ਖਾ ਲਓ ਮੈਂ ਕਿਹਾ ਕਰੀਏ ਟੇਸਟ ਅਤੇ ਸਵਾਦ ਹੈ ਕੇਕ ਫਰੈਸ਼ ਹੀ ਬਣਾਓ ਆਪਾਂ ਇਹ ਵਧੀਆ ਬਹੁਤ ਸਵਾਦ ਆ ਕੇਕ ਹਾਂਜੀ ਜੀ ਛੋਟੀ ਜਿਹੀ ਰਿਕੁਐਸਟ ਹੈਗੀ ਮੇਰਾ ਫੇਸਬੁੱਕ 'ਤੇ ਪੇਜ ਹੈਗਾ ਦੀਪ ਤਨੂੰ ਬਲੌਗ 'ਤੇ ਉਹਨੂੰ ਜਾ ਕੇ ਸਾਰੇ ਜਾਣੇ ਜ਼ਰੂਰ ਫੋਲੋ ਕਰਿਓ ਅਤੇ ਦੀਪ ਤਨੂੰ ਆਈਡੀ ਹੈਗੀ ਹੈ ਜੀ ਮੇਰੀ ਦੀਪ ਤਨੂੰ 11 ਇੰਸਟਾਗ੍ਰਾਮ ਆਈਡੀ ਉਹਤੇ ਵੀ ਜਾ ਕੇ ਸਾਰੇ ਜਾਣੇ ਜ਼ਰੂਰ ਇੱਕ ਵਾਰੀ ਫੋਲੋ ਕਰਿਓ ਜੀ ਹਾਂਜੀ ਰੋਟੀ ਪਾਣੀ ਖਾ ਲਿਆ ਹੈ ਅਤੇ ਆਪਾਂ ਨਾਲ ਕੇਕ ਵਗੈਰਾ ਵੀ ਖਾ ਲਿਆ ਅਤੇ ਹੁਣ ਕਰ ਲੱਗੇ ਹਾਂ ਰੈਸਟ ਔਰ ਮਿਲਾਂਗੇ ਸੋਹਣੇ ਜਿਹੇ ਬਲੌਗ ਦੇ ਨਾਲ ਔਰ ਜਿਹੜੇ ਨਵੇਂ ਭੈਣ ਭਰਾ ਨੇ ਚੈਨਲ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਇੱਕ ਸੋਹਣੇ ਜਿਹੇ ਬਲੌਗ ਦੇ ਨਾਲ ਬਾਏ ਬਾਏ।